ਅਸਲਾਮੁਆਲੇਕਮ ਜੀ ਅੱਛਾ ਜੀ ਅੱਜ ਦੀ ਵੀਡੀਓ ਸ਼ੁਰੂ ਕਰੀਏ ਔਰ ਪੇਜ ਨੰਬਰ ਹੈ 614 614 ਅੱਛਾ ਜੀ ਇਥੇ ਤਸਵੀਰ ਵੇਖ ਲੈਣੇ ਆ ਬਾਕੀ ਜਦੋਂ ਇਹ ਚੈਪਟਰ ਸ਼ੁਰੂ ਕੀਤਾ ਸੀ ਸਾਰੀ ਡਿਟੇਲ ਦੱਸੀ ਸੀ ਫੇਰ ਵੀ ਮੈਂ ਥੋੜਾ ਬਹੁਤ ਹਰ ਵੀਡੀਓ ਤੋਂ ਪਹਿਲਾਂ ਰਿਪੀਟ ਕਰਦੇ ਆਂ ਕਰਾਂਗਾ ਕਿ ਜਦੋਂ ਚੌਕ ਹੋਵੇ ਤੇ ਉਹਦੇ ਵਿੱਚ ਕੋਈ ਨਿਸ਼ਾਨ ਨਾ ਲੱਗਿਆ ਹੋਵੇ ਨਾ ਸਟਾਪ ਦਾ ਨਾ ਦਾਰੇ ਪ੍ਰੈਜ਼ੀਡੈਂਸ ਵਾਲਾ ਉਦੋਂ ਕੀ ਹੋਵੇਗਾ ਕਿ ਜਿੱਦਾ ਦੇਸ ਤਰ੍ਹਾਂ ਖਾਲੀ ਬਣਦਾ ਉਹ ਗੱਡੀ ਪਹਿਲਾਂ ਜਾ ਸਕਦੀ ਏ ਅਗਰ ਇਸ ਤਰ੍ਹਾਂ ਦਾ ਚੌਕ ਹੁੰਦਾ ਹੈ ਤੇ ਠੀਕ ਹੈ ਤੇ ਸਮਝਣ ਵਾਸਤੇ ਪਹਿਲਾਂ ਐਲ ਗੱਡੀ ਵੇਖ ਲਵੋ ਇਹ ਜਿੱਧਰ ਜਾ ਰਹੀ ਏ ਇਹਨੂੰ ਵੇਖੋ ਸੱਜੀ ਸਾਈਡ ਤੋਂ ਐ ਗੱਡੀ ਟੱਚ ਕਰਦੀ ਇਹਦੀ ਡਾਇਰੈਕਸ਼ਨ ਵੇਖੋ ਉਧਰ ਜਾ ਰਹੀ ਏ ਇਹ ਸੱਜੀ ਸਾਈਡ ਤੋਂ ਉਹ ਟੱਚ ਕਰ ਜਾਂਦੀ ਇਹਦਾ ਮਤਲਬ ਐਲ ਪਹਿਲਾਂ ਨਹੀਂ ਜਾ ਸਕਦੀ ਇਹ ਰੁਕ ਗਈ ਫਿਰ ਅਸੀਂ ਚੈੱਕ ਕਰ ਲੈਂਦੇ ਹਾਂ ਸੀ ਗੱਡੀ ਸੀ ਗੱਡੀ ਜਿੱਧਰ ਜਾਣਾ ਚਾਹੁੰਦੀ ਏ ਇਧਰ ਜਾ ਰਹੀ ਏ ਇਹਨੂੰ ਈ ਗੱਡੀ ਟੱਚ ਕਰ ਜਾਂਦੀ ਏ ਸੱਜੀ ਸਾਈਡ ਤੋਂ ਇਹਦਾ ਮਤਲਬ ਸੀ ਵੀ ਨਹੀਂ ਜਾ ਸਕਦੀ ਸੀ ਪਹਿਲ ਦੇਵੇਗੀ ਈ ਨੂੰ ਠੀਕ ਹੈ ਇਹਨੂੰ ਪ੍ਰੈਸੀਡੈਂਸ ਆ ਦੇਵੇ ਦੀ ਫਿਰ ਈ ਗੱਡੀ ਚੈੱਕ ਕਰ ਲੈਂਦੀ ਆ ਈ ਜਿੱਧਰ ਜਾ ਰਹੀ ਏ ਇਹਨੂੰ ਸੱਜੀ ਸਾਈਡ ਤੋਂ ਕੋਈ ਗੱਡੀ ਟੱਚ ਨਹੀਂ ਕਰਦੀ ਇਹਦਾ ਦੇ ਇਸ ਤਰ੍ਹਾਂ ਖਾਲੀ ਬਣਦਾ ਹੈ ਇਹਦਾ ਮਤਲਬ ਈ ਦੀ ਪਹਿਲ ਹੋਵੇਗੀ ਠੀਕ ਹੈ ਔਰ ਜਦੋਂ ਈ ਚਲੀ ਜਾਂਦੀ ਏ ਈ ਪਹਿਲਾਂ ਗਈ ਠੀਕ ਹੈ ਈ ਚਲੀ ਜਾਂਦੀ ਏ ਸੀ ਦਾ ਸੱਜਾ ਖਾਲੀ ਹੋ ਜਾਂਦਾ ਹੈ ਫਿਰ ਸੀ ਜਾਵੇਗੀ ਠੀਕ ਹੈ ਜਦੋਂ ਸੀ ਚਲੀ ਜਾਂਦੀ ਹੈ ਫਿਰ ਐਲ ਦਾ ਸੱਜਾ ਖਾਲੀ ਹੋ ਜਾਂਦਾ ਹੈ ਫਿਰ ਐਲ ਜਾਏਗੀ ਠੀਕ ਹੈ ਜੀ ਇਸ ਤਰ੍ਹਾਂ ਜਾਂਦੀ ਹੈ E C L ਹੋਰ ਇਹਦਾ ਸੌਖਾ ਤਰੀਕਾ ਹੈ ਵੀ ਜਿਹੜੀ ਗੱਡੀ ਵੀ ਚੈੱਕ ਕਰਨੀ ਹੈ ਤੁਸੀਂ ਬਈ ਇਹਦੀ ਪਹਿਲ ਬਣਦੀ ਹੈ ਜਾਂ ਨਹੀਂ ਬਣਦੀ ਇਸ ਤਰ੍ਹਾਂ ਸਮਝਣਾ ਕਿ ਇਸ ਗੱਡੀ ਦੇ ਵਿੱਚ ਅਸੀਂ ਬੈਠੇ ਆਂ ਉਹ ਗੱਡੀ ਚਲਾ ਰਹੇ ਆਂ ਤੇ ਗੱਡੀ ਚਲਾਉਂਦੇ ਆਂ ਇਧਰ ਜਾ ਰਹੇ ਹੋ ਤਾਂ ਵੇਖੋ ਸਾਡੀ ਸੱਜੀ ਸਾਈਡ ਇਹ ਬਣਦੀ ਹੈ ਤੇ ਇਧਰੋਂ ਆ ਵੇਖੋ ਸੱਜੀ ਸਾਈਡ ਤੋਂ ਇਹ ਸੀ ਗੱਡੀ ਹੁੰਦੀ ਹੈ ਬਈ ਇਹਦਾ ਮਤਲਬ ਸਾਨੂੰ ਰੁਕਣਾ ਪਵੇਗਾ ਇਸੇ ਤਰ੍ਹਾਂ ਸੀ ਗੱਡੀ ਅਗਰੇ ਅਸੀਂ ਉਹਦੇ ਵਿੱਚ ਬੈਠਿਆ ਤੇ ਸਾਡੀ ਸੱਜੀ ਸਾਈਡ ਇਹ ਬਣਦੀ ਏ ਤੇ ਇਧਰੋਂ ਈ ਗੱਡੀ ਆਉਂਦੀ ਏ ਭਈ ਇਹਦਾ ਮਤਲਬ ਸੀ ਗੱਡੀ ਨੂੰ ਵੀ ਰੁਕਣਾ ਪਵੇਗਾ ਠੀਕ ਹੈ ਪਹਿਲਾ ਸਵਾਲ ਜੀ ਨੈਲ ਇਨਕ੍ਰੋਚੋ ਚੌਕ ਦੇ ਵਿੱਚ ਰਿਪਰਿਜ਼ੈਂਟਾ ਤੋਂ ਇਨ ਫਿਗੂਰਾ ਜਿਹੜਾ ਤਸਵੀਰ ਦਿਖਾਇਆ ਗਿਆ ਹੈ ਇਲ ਵਾਈਕੋਲੋ ਈ ਜਿਹੜੀ ਈ ਗੱਡੀ ਏ ਨੌਨ ਦੇਵੇਦਾਰ ਲਾ ਪ੍ਰੈਸੀਡੈਂਸ ਆ ਕਹਿੰਦਾ ਇਸ ਹੱਕ ਨਹੀਂ ਦੇਣਾ ਅਲ ਵਹਿਕਲੋ ਕਿਸੇ ਵੀ ਗੱਡੀ ਨੂੰ ਵੇਰੋਜੀ ਈ ਗੱਡੀ ਕਿਸੇ ਨੂੰ ਹੱਕ ਨਹੀਂ ਦੇਣਾ ਕਿਉਂਕਿ ਈ ਦੀ ਆਪਣੀ ਪੈਲੇ ਦੂਸਰਾ ਨੈਲ ਇਨਕ੍ਰੋਚੋ ਚੌਕ ਦੇ ਵਿੱਚ ਰੈਪਰੈਜ਼ੈਂਟਾ ਟੋ ਯੂਨ ਫਿਗੂਰਾ ਜਿਹੜਾ ਤਸਵੀਰ ਦਿਖਾਇਆ ਗਿਆ ਈਲ ਵਹਿਕਲੋ ਸੀ ਜਿਹੜੀ ਸੀ ਗੱਡੀ ਏ ਦੇਵੇਦਾਰ ਲਾ ਪਰਚਿਦੈਂਸਾ ਕਹਿੰਦਾ ਸੀ ਗੱਡੀ ਹੱਕ ਦੇਣਾ ਵੇ ਅਲ ਵਹਿਕਲੋ ਈ ਈ ਗੱਡੀ ਨੂੰ ਵੇਰੋਜੀ ਹੈ ਸੀ ਏ ਤੇ ਇਹ ਈ ਨੂੰ ਹੱਕ ਦੇਵੇ ਦੀ ਕਿਉਂਕਿ ਸੀ ਦੀ ਸੱਜੀ ਸਾਈਡ ਤੇ ਈ ਹੁੰਦੀ ਹੈ ਭਈ ਤੀਸਰਾ ਨੈਲ ਇਨਕ੍ਰੋਚੋ ਚੌਕ ਦੇ ਵਿੱਚ ਰਿਪਰਿਜ਼ੈਂਟਾ ਤੋ ਇਨ ਫਿਗੂਰਾ ਜਿਹੜਾ ਤਸਵੀਰ ਦਿਖਾਇਆ ਗਿਆ ਹੈ ਇਲ ਵੈਇਕੂਲੋ ਐਲ ਐਲ ਗੱਡੀ ਦੇਵੇ ਅਤੇਂਦਰ ਕਹਿੰਦਾ ਐਲ ਗੱਡੀ ਇੰਤਜ਼ਾਰ ਕਰਨਾ ਹੈ ਇਲ ਤਰਾਸੀ ਤੋ ਦੇ ਵੈਇਕੂਲੀ ਗੱਡੀਆਂ ਦੇ ਚੱਲਨੇ ਦਾ ਕਿਹੜੀਆਂ ਗੱਡੀਆਂ ਦੇ ਈ ਤੇ ਸੀ ਦੇ ਵੇਰੋ ਜੀ ਈ ਤੇ ਸੀ ਦੇ ਚੱਲਨੇ ਦਾ ਐਲ ਗੱਡੀ ਇੰਤਜ਼ਾਰ ਕਰੇਗੀ ਕਿਉਂਕਿ ਇਹ ਦੋਵੇਂ ਜਾਣਗੀਆਂ ਤੇ ਐਲ ਜਾ ਸਕਦੀ ਹੈ ਚੌਥਾ ਨਿਲ ਇਨਕਰੋਚੋ ਰਿਪਰੈਜ਼ੈਂਟਾਟੋ ਇਨ ਫਿਗੂਰਾ ਐਡਾ ਚੌਕ ਤਸਵੀਰ ਦਿਖਾਇਆ ਗਿਆ ਇਹਦੇ ਵਿੱਚ ਇਹ ਵਹੀਕਲੀ ਗੱਡੀਆਂ ਦੀ ਦੀ ਇੰਪੇਨਿਆ ਨੂੰ ਚੌਕ ਛੱਡ ਦੀ ਦੀ ਇੰਪੇਨਿਆ ਨੂੰ ਇਨਕਰੋਚੋ ਚੌਕ ਛੱਡਣ ਗਿਆ ਨਿਲ ਸਿਗਵੈਨ ਤੇ ਔਰ ਦੀ ਨੇ ਐਸ ਆਰਡਰ ਦੇ ਨਾਲ ਤਰਤੀਬ ਦੇ ਨਾਲ ਈ ਸੀ ਤੇ ਐਲ ਵੇਰੋ ਜੀ ਅੱਛਾ ਜਦੋਂ ਔਰ ਦੀ ਨੇ ਕਵੇ ਨਾ ਉਦੋਂ ਫਿਰ ਨਹੀਂ ਤਰਤੀਬ ਵੇਖਣੀਏ ਵੀ ਕਿਹੜੀ ਪਹਿਲਾਂ ਕਿਹੜੀ ਦੂਸਰੀ ਕਿਹੜੀ ਤੀਸਰੀ ਹੈ ਠੀਕ ਹੈ ਈਸੀ ਐਲ ਇਸ ਤਰ੍ਹਾਂ ਜਾਣ ਗਿਆ ਅੱਛਾ ਜੀ ਇਮਪੀਨਯਰ ਇਨਕ੍ਰੋਚ ਉਹ ਹੁੰਦਾ ਚੌਕ ਨੂੰ ਬਿਜ਼ੀ ਕਰਨਾ ਮਤਲਬ ਚੌਕ ਦੇ ਉੱਤੇ ਜਾਣਾ ਥਿਸ ਇਮਪੀਨਯਨ ਹੁੰਦਾ ਚੌਕ ਨੂੰ ਛੱਡਣਾ ਠੀਕ ਹੈ ਪੰਜਵਾਂ ਨਲ ਇਨਕ੍ਰੋਚੋ ਚੌਕ ਦੇ ਵਿੱਚ ਰਿਪਰੈਜ਼ੈਂਟੇਸ਼ਨ ਫਿਗਰ ਵਾਲਾ ਤਸਵੀਰ ਦਿਖਾਇਆ ਗਿਆ ਹੈ ਇਲ ਵਹੀਕੋ ਲੋ ਸੀ ਜਿਹੜੀ ਸੀ ਗੱਡੀ ਏ ਦੇਵੇ ਅਟੈਂਡੇਰੇ ਇਲ ਤ੍ਰਾਂਸਿਟੋ ਕਹਿੰਦੇ ਸੀ ਗੱਡੀ ਦੇਵੇ ਹਤੈਂਦਰ ਇੰਤਜ਼ਾਰ ਕਰੇਗੀ ਇਲ ਤ੍ਰਾਂਸਿਟੋ ਦਲ ਵਹੀਕੋ ਐਲ ਐਲ ਗੱਡੀ ਦੇ ਚੱਲਣ ਦਾ ਫਾਲਸੋ ਜੀ ਸੀ ਐਲ ਦਾ ਇੰਤਜ਼ਾਰ ਨਹੀਂ ਕਰਨਾ ਸੀ ਇੰਤਜ਼ਾਰ ਕਰਨਾ ਐਸ ਦੂਸਰੀ ਗੱਡੀ ਦਾ ਈ ਦਾ ਠੀਕ ਹੈ ਜੀ ਐਲ ਗੱਡੀ ਦਾ ਕਿਸੇ ਵੀ ਇੰਤਜ਼ਾਰ ਨਹੀਂ ਕਰਨਾ ਕਿਉਂਕਿ ਐਲ ਜਿਹੜੀ ਐਂਡ ਤੇ ਜਾ ਰਹੀ ਸਭ ਨਾਲ ਛੇਵਾ ਨਿਲ ਇਨਕਰੋਚੋ ਚੌਕ ਦੇ ਵਿੱਚ ਰਿਪਰੈਜ਼ੈਂਟਾਤੋ ਇਨ ਫਿਗੂਰਾ ਜਿਹੜਾ ਤਸਵੀਰ ਦਿਖਾਇਆ ਗਿਆ ਹੈ ਇਲ ਵਹੀਕਲੋ ਈ ਈ ਗੱਡੀ ਦੇਵੇ ਪਾਸ ਸਾਰੇ ਪਰ ਉਲਤੀਮੋ ਕਹਿੰਦਾ ਈ ਗੱਡੀ ਆਖਰ ਤੇ ਜਾਣਾ ਹੈ ਉਲਤੀਮੋ ਹੈ ਫਾਲਸੋ ਜੀ ਈ ਸਭ ਤੋਂ ਪਹਿਲਾਂ ਜਾ ਰਹੀ ਹੈ ਸਤਵਾਂ ਨਿਲ ਇਨਕਰੋਚੋ ਚੌਕ ਦੇ ਵਿੱਚ ਰਿਪਰੈਜ਼ੈਂਟਾਤੋ ਇਨ ਫਿਗੂਰਾ ਜਿਹੜਾ ਤਸਵੀਰ ਦਿਖਾਇਆ ਗਿਆ ਹੈ ਈ ਵਹੀਕਲੀ ਦਿਸਿਮ ਪੈਨਿਆ ਨੂੰ ਇਨਕਰੋਚੋ ਗੱਡੀਆਂ ਚੌਕ ਨੂੰ ਛੱਡਣ ਗਈਆਂ ਨਿਲ ਸਿਗਵੈਂਟ ਤੇ ਔਰ ਦਿਨੇ ਐਸ ਤਰਤੀਬ ਦੇ ਨਾਲ ਈ ਐਲ ਸੀ ਫਾਲਸ ਹੋ ਜੀ ਈ ਐਲ ਸੀ ਨਹੀਂ ਈ ਸੀ ਤੇ ਐਲ ਐ ਐ ਤਰਤੀਬ ਐ ਅਠਵਾਂ ਨੇ ਲਿੰਕ ਰੋਚੋ ਚੌਕ ਦੇ ਵਿੱਚ ਰਿਪਰੈਜ਼ੈਂਟਾ ਤੋਂ ਇਨ ਫਿਗੂਰਾ ਜਾਂ ਤਸਵੀਰ ਦਿਖਾਇਆ ਗਿਆ ਈ ਵਹੀਕਲੀ ਈ ਸੌਰੀ ਸੀ ਐਡ ਈ ਕਹਿੰਦੇ ਸੀ ਤੇ ਈ ਗੱਡੀਆਂ ਜਿਹੜੀਆਂ ਨੇ ਪਾਸਾ ਨੂੰ ਗੁਜ਼ਰਨ ਦੀਆਂ ਕੋਨ ਟੈਂਪੋਰਨੀਆ ਮੈਂਟੇ ਕਠੀਆਂ ਫਾਲਸ ਹੋ ਜੀ ਕੋਨ ਟੈਂਪੋਰਨੀਆ ਮੈਂਟੇ ਦਾ ਮਤਲਬ ਹੁੰਦਾ ਕਠੀਆਂ ਇੱਕ ਸਾਥ ਤੇ ਇਸ ਤਸਵੀਰ ਦੇ ਵਿੱਚ ਕੋਈ ਵੀ ਗੱਡੀਆਂ ਕੋਈ ਵੀ ਗੱਡੀ ਜਿਹੜੀ ਏ ਦੂਸਰੀ ਦੇ ਨਾਲ ਜੋੜ ਕੇ ਜਾਂ ਕਠੀਆਂ ਨਹੀਂ ਜਾ ਰਹੀਆਂ ਫਾਲਸ ਹੋ ਜੀ 615 ਸਹੀ 100 15 ਅੱਛਾ ਜੀ 615 ਤੇ ਹੁਣ ਥੋੜਾ ਜਿਹਾ ਨੇ ਚੇਂਜ ਕੀਤਾ ਹੈ ਨਿਸ਼ਾਨ ਇੱਥੇ ਵੀ ਕੋਈ ਨਹੀਂ ਲੱਗਿਆ ਨਾ ਸਟਾਫ ਦਾ ਨਾ ਡਾਰੇ ਪ੍ਰੈਜ਼ੀਡੈਂਸ ਵਾਲਾ ਪਹਿਲਾਂ ਸਭ ਤੋਂ ਵੇਖ ਲਵੋ ਤੁਸੀਂ ਡੀ ਗੱਡੀ ਵੇਖੋ ਡੀ ਜਿੱਧਰ ਜਾਣਾ ਚਾਹਦੀ ਏ ਇਹਨੂੰ ਸੱਜੀ ਸਾਈਡ ਤੋਂ ਦੋਵੇਂ ਇਹ ਗੱਡੀਆਂ ਟੱਚ ਕਰਦੀਆਂ ਨੇ ਠੀਕ ਹੈ ਇਹਦਾ ਮਤਲਬ ਡੀ ਗੱਡੀ ਜਿਹੜੀ ਏ ਇੰਨੀ ਹੀ ਜਾ ਸਕਦੀ ਡੀ ਗੱਡੀ ਏ ਨੂੰ ਵੀ ਪਹਿਲ ਦੇਗੀ ਔਰ ਸੀ ਨੂੰ ਵੀ ਪਹਿਲ ਦੇ ਦੇਗੀ ਪਰ ਚਿਦਨਸਾ ਦੇਵੇਗੀ ਠੀਕ ਹੈ ਫਿਰ ਆ ਗਿਆ ਜੀ ਐਸ ਸੀ ਸੀ ਵੇਖ ਲਓ ਤੇ ਇਹ ਵੇਖ ਲਓ ਏ ਇੱਧਰ ਜਾਣਾ ਚਾਹਦੀ ਏ ਤੇ ਸੀ ਇੱਧਰ ਜਾਣਾ ਚਾਹਦੀ ਏ ਠੀਕ ਹੈ ਇਹ ਵੀ ਦੋਵੇਂ ਨਹੀਂ ਜਾ ਸਕਦੀਆਂ ਕਿਉਂ ਕਿ ਐਲ ਵੇਖੋ ਇਹ ਨੱਦੂਆਂ ਨੂੰ ਸੱਜੀ ਸਾਈਡ ਤੋਂ ਟੱਚ ਕਰਦੀ ਹੈ ਬਈ C ਨੂੰ ਵੀ ਕਰ ਜਾਂਦੀ ਏ ਤੇ ਅੱਗੇ ਜਾ ਕੇ ਇਹਨੂੰ A ਨੂੰ ਵੀ ਕਰ ਜਾਂਦੀ ਇਹਦਾ ਮਤਲਬ ਇਹ ਵੀ ਦੋਵੇਂ ਨਹੀਂ ਜਾ ਸਕਦੀਆਂ ਜਦੋਂ ਤੱਕ L ਗੱਡੀ ਨਾ ਜਾਵੇ ਠੀਕ ਹੈ ਹੁਣ C ਕਿਹਦੀ ਵਜ੍ਹਾ ਸੁਰਕੀ ਏ L ਦੀ ਵਜ੍ਹਾ ਤੋਂ A ਕਿਹਦੀ ਵਜ੍ਹਾ ਰੁਕੀ ਏ L ਦੀ ਵਜ੍ਹਾ ਤੋਂ ਠੀਕ ਹੈ ਫਿਰ ਆਗੇ ਜੀ L ਚੈੱਕ ਕਰ ਲੈਨੇ ਆ ਇਹਨੂੰ ਵੇਖੋ ਜਿੱਧਰ ਜਾ ਰਹੀ ਏ ਸੱਜੀ ਸਾਈਡ ਤੋਂ ਇਹਨੂੰ ਕੋਈ ਗੱਡੀ ਟੱਚ ਨਹੀਂ ਕਰਦੀ ਇਹਦਾ ਮਤਲਬ L ਦੀ ਪੈਲ ਬਣਦੀ ਏ ਠੀਕ ਹੋ ਗਿਆ ਤਰਤੀਬ ਕੀ ਜਾਣੇ ਦੀ ਐਲ ਤੇ ਸੀ ਤੇ ਏ ਇਕੱਠੀਆਂ ਜਾ ਸਕਦੀਆਂ ਨੇ ਕਿਉਂ ਕਿ ਜਦੋਂ ਐਲ ਚਲੀ ਜਾਂਦੀ ਹੈ ਇਹਨਾਂ ਦੋਵਾਂ ਦਾ ਸੱਜਾ ਖਾਲੀ ਹੋ ਜਾਂਦਾ ਹੈ ਸੀ ਤੇ ਏ ਇਕੱਠੀਆਂ ਤੇ ਫਿਰ ਬਾਅਦ ਵਿੱਚ ਡੀ ਜਾਏਗੀ ਨਿਲ ਅਟਰਾਵਰਸਾਰੇ ਇਨਕ੍ਰੋਚੋ ਕਹਿੰਦੇ ਚੌਕ ਕ੍ਰਾਸ ਕਰਦੇ ਆਂ ਇਨ ਫਿਗੂਰਾ ਟਸਵੀਰ ਵਿੱਚ ਇਲ ਵੈਇਕੁਲੋ ਐਲ ਐਲ ਗੱਡੀ ਜਿਹੜੀ ਹੈ ਵਾਸਾ ਪਰ ਪ੍ਰੀਮੋ ਪਹਿਲਾਂ ਗੁਜ਼ਰੇਗੀ ਵੇਰੋ ਐਲ ਜਿਹੜੀ ਹੈ ਸਭ ਤੋਂ ਪਹਿਲਾਂ ਗੁਜ਼ਰੇਗੀ ਦੂਸਰਾ ਨਿਲ ਅਤਰਾਵਰਸਾਰੇ ਇਨਕ੍ਰੋਚੋ ਚੋਕ ਕ੍ਰਾਸ ਕਰਦੇ ਹੋਇਆ ਇਨ ਫਿਗੂਰਾ ਹੜਾ ਤਸਵੀਰ ਵਿੱਚ ਇਲ ਵੈਕੋਲੋ ਦੀ ਕਹਿੰਦਾ ਵੀ ਡੀ ਗੱਡੀ ਏ ਇਹ ਆਲਟੀਮੋ ਇਹ ਆਖਰ ਵਾਲੀਏ ਲਾਸਟ ਏ ਆਪਸ ਸਾਰੇ ਜਿਹੜੀ ਕ੍ਰਾਸ ਕਰੇਗੇ ਵੇਰੋ ਤੀਸਰਾ ਨਿਲ ਅਤਰਾਵਰਸਾਰੇ ਇਨਕ੍ਰੋਚੋ ਕਹਿੰਦੇ ਚੌਕ ਕ੍ਰਾਸ ਕਰਦੇ ਹੋਇਆ ਇਨ ਫਿਗਰਲ ਤਸਵੀਰ ਵਿੱਚ ਇਲ ਵਹੀਕਲੋ ਸੀ ਏ ਏ ਇਹ ਇੰਗਲਿਸ਼ ਵਾਲਾ ਪੜ੍ਹੋ ਠੀਕ ਹੈ ਕਹਿੰਦੇ ਜਿਹੜੀਆਂ ਗੱਡੀਆਂ ਨੇ ਪਾਸਸਾਂ ਨੂੰ ਗੁਜ਼ਰਨ ਦੀਆਂ ਕੌਨ ਟੈਂਪੋਰਰੀ ਮੈਨ ਤੇ ਕੱਠੀਆਂ ਦੋ ਪੋ ਇਲ ਵਹੀਕਲੋ ਐਲ ਤੇ ਐਲ ਤੋਂ ਬਾਅਦ ਵੇਰੋ ਜੀ ਐਲ ਤੋਂ ਬਾਅਦ ਏ ਤੇ ਸੀ ਕੌਨ ਟੈਂਪੋਰਰੀ ਮੈਨ ਤੇ ਜਾਣਗੀਆਂ ਕੱਠੀਆਂ ਜਾਣਗੀਆਂ ਵੇਰੋ ਜੀ ਚੌਥਾ ਨਿਲ ਅਟਰਵਰਸਾਰੇ ਇਨਕ੍ਰੋਚੋ ਕਨੈ ਚੌਕ ਕ੍ਰਾਸ ਕਰਦੇ ਆ ਇਨ ਫਿਗੂਰਾ ਦੇ ਤਸਵੀਰ ਵਿੱਚ ਇਲ ਵੈਇਕੋਲੋ ਆ ਜਿਹੜੀ ਇਹ ਗੱਡੀ ਏ ਆਹ ਲਾ ਪ੍ਰਿਸੀਡੈਂਸ ਹੈ ਦੀ ਪਹਿਲੇ ਸੂਲ ਵੈਇਕੋਲੋ ਦੀ ਡੀ ਦੇ ਉੱਤੇ ਵੇਰੋ ਜੀ ਇਹ ਗੱਡੀ ਦੀ ਡੀ ਦੇ ਉੱਤੇ ਪਹਿਲੇ ਕਿਉਂ ਕਿਉਂਕਿ ਡੀ ਦੀ ਸੱਜੀ ਸਾਈਡ ਤੇ ਏ ਆਉਂਦੀ ਹੈ ਭਈ ਇਸ ਵਾਸਤੇ ਅੱਛਾ ਜੀ ਪੰਜਵਾਂ ਨਿਲ ਅਤਰਵਰਸਾਰੇ ਇਨਕਰੋਚੋ ਕਹਿੰਦਾ ਚੌਕ ਕ੍ਰਾਸ ਕਰਦੇ ਹੋਏ ਇਨ ਫਿਗੂਰ ਵਾਲੇ ਤਸਵੀਰ ਵਿੱਚ ਪਾਸਾ ਪੇਰ ਪ੍ਰੀਮੋ ਪਹਿਲਾਂ ਗੁਜ਼ਰੇਗੀ ਇਲ ਵਹੀਕਲ ਉਹ ਗੱਡੀ ਪਿਊ ਵਿਲੋਚੇ ਜਿਹੜੀ ਜ਼ਿਆਦਾ ਤੇਜ਼ ਹੋਵੇਗੀ ਫਾਲਸੋ ਜੀ ਕਹਿੰਦਾ ਜਿਹੜੀ ਜ਼ਿਆਦਾ ਗੱਡੀ ਤੇਜ਼ ਹੋਵੇਦੀ ਉਹ ਪਹਿਲਾਂ ਗੁਜ਼ਰ ਜਾਏਦੀ ਫਾਲਸੋ ਛੇਵਾਂ ਨਿਲ ਅਤਰਵਰਸਾਰੇ ਇਨਕਰੋਚੋ ਚੌਕ ਕ੍ਰਾਸ ਕਰਦੇ ਆਇਆਂ ਇਨ ਫਿਗੂਰ ਵਾਲੇ ਤਸਵੀਰ ਵਿੱਚ ਇਲ ਵਹੀਕਲ ਆ ਜਿਹੜੀ ਇਹ ਗੱਡੀ ਏ ਪਾਸਾ ਪੇਰ ਉਲਤੀਮੋ ਆਖਰ ਤੇ ਗੁਜ਼ਰੇਦੀ ਫਾਲਸੋ ਜੀ ਸਤਿਵਾ ਨਿਲ ਅਟ੍ਰਵਰਸਾਰੇ ਇਨਕ੍ਰੋਚੋ ਚੌਕ ਕ੍ਰਾਸ ਕਰਦੇ ਹੋਇਆ ਇਨ ਫਿਗਰ ਵਾਲਾ ਤਸਵੀਰ ਵਿੱਚ ਇਹ ਵੈਕੋਲੀ ਗੱਡੀਆਂ ਪਾਸਾ ਨੂੰ ਗੁਜ਼ਰਨ ਦੀਆਂ ਨਿਲ ਸਗਵੇਂ ਤੇ ਔਰਦਿਨੇ ਐਸ ਆਰਡਰ ਦੇ ਨਾਲ ਤਰਤੀਬ ਦੇ ਨਾਲ ਸੀ ਏ ਡੀ ਤੇ ਐਲ ਫਾਲਸ ਹੋ ਜੀ ਅੱਛਾ ਜੀ ਅਠਵਾ ਨਿਲ ਅਟ੍ਰਵਰਸਾਰੇ ਇਨਕ੍ਰੋਚੋ ਚੌਕ ਕ੍ਰਾਸ ਕਰਦੇ ਹੋਇਆ ਇਨ ਫਿਗਰ ਵਾਲਾ ਤਸਵੀਰ ਵਿੱਚ ਇਹ ਵਹੀਕੁਲੀ ਪਾਸਾ ਨੂੰ ਗੱਡੀਆਂ ਗੁਜ਼ਰਨਗੀਆਂ ਨਿਲ ਸਗਵੇਂ ਤੇ ਔਰ ਦੀ ਨੇ ਐਸ ਆਰਡਰ ਦੇ ਨਾਲ ਸੀ ਐਲ ਏ ਡੀ ਫਾਲਸੋਜੀ ਨਾਮਾ ਨਿਲ ਅਤਰਾਵਸਾਰੇ ਇਨਕ੍ਰੋਚੋ ਚੌਕ ਕ੍ਰਾਸ ਕਰਦੇ ਆ ਇਨ ਫਿਗੂਰਾ ਲੈ ਤਸਵੀਰ ਵਿੱਚ ਇਹ ਵਹੀਕੁਲੀ ਡੀ ਤੇ ਐਲ ਕਹਿੰਦੇ ਡੀ ਤੇ ਐਲ ਜਿਹੜੀਆਂ ਗੱਡੀਆਂ ਨੇ ਪਾਸਾ ਨੂੰ ਕੋਨ ਟੈਂਪੋਰਨਿਮੈਂਟੇ ਇਕੱਠੀਆਂ ਜਾਣਦੀਆਂ ਪ੍ਰੀਮਾਦਲ ਵਹੀਕੁਲ ਆਤ ਏ ਦੇ ਨਾਲੋਂ ਪਹਿਲਾਂ ਫਾਲਸੋਜੀ ਪਹਿਲੀ ਗੱਲ ਇਹ ਕਿ ਡੀ ਤੇ ਐਲ ਜਿਹੜੀਆਂ ਇਕੱਠੀਆਂ ਜਾ ਹੀ ਨਹੀਂ ਸਕਦੀਆਂ ਠੀਕ ਹੈ ਅੱਛਾ ਜੀ 600 ਤੇ 16 ਸੇਈ ਚੈਂਤੋ 16 ਉਹ ਹੀ ਇਹ ਸੇਮ ਤਸਵੀਰੇ ਉਹ ਹੀ ਨੇ ਲਿੰਕਰੋਚੋ ਚੌਕ ਦੇ ਵਿੱਚ ਰੈਪ੍ਰੇਜ਼ੈਂਟਾਤੋ ਨੀਲਾ ਫਿਗੂਰਾ ਜਿਆ ਤਸਵੀਰ ਦਿਖਾਇਆ ਗਿਆ ਹੈ ਇਲ ਕੁੰਦੂਚੈਂਤੇ ਦਲ ਵੇਈਕੋਲੋ ਆ ਕਨੈਡਾ ਇਹ ਗੱਡੀ ਦਾ ਡਰਾਈਵਰ ਹੈ ਦੇਵੇ ਦਾ ਰੈਲਾ ਪ੍ਰੈਸੀਡੈਂਸ ਕਹਿੰਦੇ ਇਹਨੇ ਹੱਕ ਦੇਣਾ ਐ ਅਲ ਵੈਇਕੋਲੋ ਐਲ ਐਲ ਗੱਡੀ ਦੇ ਡਰਾਈਵਰ ਨੂੰ ਜਾਂ ਐਲ ਗੱਡੀ ਕਹਿ ਲਓ ਵੇਰੋ ਜੀ ਜਿਹੜਾ ਇਹ ਗੱਡੀ ਦਾ ਡਰਾਈਵਰ ਏ ਐਲ ਗੱਡੀ ਦੇ ਡਰਾਈਵਰ ਨੂੰ ਪੈਲ ਦੇਵੇਗਾ ਕਿਉਂਕਿ ਐਲ ਦੀ ਵਜ੍ਹਾ ਤੋਂ ਇਹ ਰੁਕੀ ਏ ਇਹਦੀ ਸੱਜੀ ਸਾਈਡ ਤੇ ਹੁੰਦੀ ਏ ਦੂਸਰਾ ਨਿਲ ਇਨਕ੍ਰੋਚੋ ਚੌਕ ਦੇ ਵਿੱਚ ਰੈਪਰੈਜ਼ੈਂਟਾ ਤੋਂ ਲੈ ਫਿਗੂਰਾ ਦੇ ਤਸਵੀਰੇ ਦਿਖਾਇਆ ਗਿਆ ਹੈ ਇਲ ਕੁੰਦੂਚੈਂਤੇ ਦਲ ਵੈਇਕੋਲੋ ਆ ਜਿਹੜਾ ਇਹ ਗੱਡੀ ਦਾ ਡਰਾਈਵਰ ਏ ਉਹ ਅਟ੍ਰਵਰਸਾਰੇ ਇਨਕ੍ਰੋਚੋ ਚੌਕ ਕ੍ਰਾਸ ਕਰ ਸਕਦਾ ਹੈ ਇਨ ਸੇਮ ਹੀ ਵਹੀਕਲੋ ਸੀਸੀ ਗੱਡੀ ਦੇ ਨਾਲ ਹੀ ਦੋ ਪੋਇਲ ਤਰ੍ਹਾਂ ਸਿੱਧੋ ਦਲ ਵਹੀਕਲੋ ਐਲ ਤੇ ਐਲ ਗੱਡੀ ਦੇ ਚੱਲਣੇ ਤੋਂ ਬਾਅਦ ਵੇਰੋ ਜੀ ਐਲ ਗੱਡੀ ਦੇ ਚੱਲਣੇ ਤੋਂ ਬਾਅਦ ਜਿਹੜਾ ਵੇ ਇੱਕ ਮਿੰਟ ਜੀ ਇਹ ਤੇ ਸੀ ਜਿਹੜੇ ਨੇ ਇਕੱਠੇ ਜਾ ਸਕਦੇ ਨੇ ਲੇਕਿਨ ਐਲ ਤੋਂ ਬਾਅਦ ਠੀਕ ਹੈ ਜੋ ਕਈ ਵਾਰੀ ਹੋ ਜਾਂਦਾ ਹੈ ਕਿ ਤਸਵੀਰ ਜਿਹੜੀ ਏ ਉਹ ਵੇਖਣੀ ਪੈਂਦੀ ਏ ਕਿਉਂਕਿ ਕਿਸੇ ਟਾਈਮ ਨਹੀਂ ਸਮਝ ਆਉਂਦੀ ਐਸ ਟਾਈਮ ਪੜ ਪੜ ਕੇ ਤੇ ਇਸ ਵਾਸਤੇ ਤੁਸੀਂ ਵੀ ਧਿਆਨ ਕਰਨੀ ਹੈ ਇਸ ਚੀਜ਼ ਦੀ ਅੱਛਾ ਜੀ ਤੀਸਰਾ हां जी इत्ते लफज आया सी इनसे में इनसे में मतलब नाल कठिया और ये सेम्परे फाल्सो ਤੇ ਦੋ ਵੇਰੋ ਨੇ ਇੱਕ ਆਲਤੋ ਨਾਲ ਹੁੰਦਾ ਤੇ ਇੱਕ ਦੋਪੋ ਨਾਲ ਹੁੰਦਾ ਇਹ ਵੇਖੋ ਇੱਥੇ ਦੋਪੋ ਆ ਗਿਆ ਇਨ ਸੇਮ ਹੈ ਸੈਂਪਰੇਫਾਲਸੋ ਦੋ ਵੇਰੋ ਇੱਕ ਆਲਤੋ ਨਾਲ ਹੁੰਦਾ ਦੂਸਰਾ ਦੋਪੋ ਨਾਲ ਹੁੰਦਾ ਆਲਤੋ ਤੇ ਦੂਸਰਾ ਇਹ ਦੋਪੋ ਆਇਆ ਚੌਥਾ ਨੈਲਿੰਕ ਕਰੋਚੋ ਚੌਕ ਦੇ ਵਿੱਚ ਸੌਰੀ ਨਹੀਂ ਤੀਸਰਾ ਨੈਲਿੰਗ ਕਰੋਚੋ ਚੌਕ ਦੇ ਵਿੱਚ ਰੈਪ੍ਰੇਜ਼ੈਂਟਾਤੋ ਨੇ ਲਾ ਫਿਗੂਰਾ ਰ ਤਸਵੀਰ ਦਿਖਾਇਆ ਗਿਆ ਹੈ ਇਲ ਕੁੰਦੋ ਚੈਂਤੇ ਦਲ ਵੇਈਕੋਲੋ ਆ ਜਿਹੜਾ ਇਹ ਗੱਡੀ ਦਾ ਡਰਾਈਵਰ ਹੈ ਆਹ ਲਾ ਪ੍ਰੇਸੀਡੈਂਸ ਹੈ ਦੀ ਪਹਿਲੇ ਰਿਸਪੈਕਟੂਲ ਵੇਈਕੋਲੋ ਦੀ ਡੀ ਗੱਡੀ ਦੇ ਨਾਲੋਂ ਵੇਰੋ ਇਹ ਦੀ ਡੀ ਨਾਲੋਂ ਪਹਿਲੇ ਚੌਥਾ ਨੈਲਿੰਗ ਕਰੋਚੋ ਚੌਕ ਦੇ ਵਿੱਚ ਰੈਪ੍ਰੇਜ਼ੈਂਟਾਤੋ ਨੇ ਲਾ ਫਿਗੂਰਾ ਰ ਤਸਵੀਰ ਦਿਖਾਇਆ ਗਿਆ ਹੈ ਇਲ ਕੁੰਦੋ ਚੈਂਤੇ ਦਲ ਵੇਈਕੋਲੋ ਆ ਜਿਹੜਾ ਇਹ ਗੱਡੀ ਦਾ ਡਰਾਈਵਰ ਹੈ ਦੇਵੇਦਾਰ ਲਾ ਪ੍ਰੇਸੀਡੈਂਸ ਆ ਕਹਿੰਦਾ ਇਸ ਹੱਕ ਦੇਣਾ ਅੱਤੂਤੀ ਵਾਹਨਾਂ ਸਾਰੀਆਂ ਗੱਡੀਆਂ ਨੂੰ ਫਾਲਸੋ ਜੀ ਇਹ ਸਿਰਫ ਹੱਕ ਦੇਣਾ ਹੈ ਐਲ ਨੂੰ ਕਿਉਂਕਿ ਇਹਦੀ ਵਜ੍ਹਾ ਤੋਂ ਇਹ ਇਹ ਰੁਕੀ ਹੈ ਬਾਕੀ ਸੀ ਗੱਡੀ ਦਾ ਇਹਨਾਂ ਕੋਈ ਲੈਂਡ ਦੇਣ ਨਹੀਂ ਤੇ ਡੀ ਤੇ ਇਹਦੀ ਇਹ ਦੀ ਪਹਿਲ ਬਣਦੀ ਹੈ ਇਹ ਕਹਿ ਰਹੇ ਨੇ ਸਾਰੀਆਂ ਨੂੰ ਪਹਿਲ ਦੇਣੀ ਹੈ ਪੰਜਵਾਂ ਨੀਲਿੰਗ ਕਰੋਚੋ ਚੌਕ ਦੇ ਵਿੱਚ ਰਿਪਰੈਜ਼ੈਂਟਾਟਿਵ ਫਿਗਰ ਆ ਦੇ ਤਸਵੀਰ ਦਿਖਾਇਆ ਗਿਆ ਹੈ ਇਲ ਕੁੰਡੂਚੈਂਤੇ ਦਲ ਵੇਕੂਲੋ ਆ ਜਿਹੜਾ ਇਹ ਗੱਡੀ ਦਾ ਡਰਾਈਵਰ ਹੈ ਪਾਸਾ ਫੇਰ ਉਲਤੀਮੋ ਆਖਰ ਤੇ ਗੁਜ਼ਰੇ ਦਾ ਫਾਲਸੋ ਜੀ ਅੱਛਾ ਜੀ ਅੱਜ ਦੀ ਵੀਡੀਓ ਇੱਥੇ ਖਤਮ ਕਰਨੇ ਆ ਤੇ ਫਿਰ ਦੂਸਰੀ ਵੀਡੀਓ ਬਣਾ ਲੈਣੇ ਨਾਲ ਕਿਉਂਕਿ ਜ਼ਿਆਦਾ ਲੰਬੀ ਹੋ ਜਾਂਦੀ ਵੀਡੀਓ ਫੇਰ